ਵਿਕਾਸ ਮੰਤਰੀ ਗਿਰੀ ਰਾਜ ਸਿੰਘ ਨੇ ਨਵੀਂ ਦਿੱਲੀ ਵਿੱਚ ਕੌਮੀ ਮੀਡੀਆ ਮੁਹਿੰਮ ਸੰਵਾਦ ਭੂਮੀਕਾ ਸੰਵਾਦ ਦੇਸ਼ ਦਾ ਉਦਘਾਟਨ ਕੀਤਾ ਇਸ ਮੁਹਿੰਮ ਦਾ ਮੰਤਵ ਲੋਕਾਂ ਨੂੰ ਜ਼ਮੀਨੀ ਰਿਕਾਰਡ ਦੇ ਕੰਪਿਊਟਰਾਈਕਰਨ ਅਤੇ ਜ਼ਮੀਨੀ ਜਾਇਦਾਦ ਦੇ ਨਕਸ਼ਿਆਂ ਦੇ ਡਿਜੀਟਲਾਈਜੇਸ਼ਨ ਬਾਰੇ ਜਾਗਰੂਕ ਕਰਨਾ ਹੈ ਇਸ ਮੌਕੇ ਬੋਲਦਿਆਂ ਗਿਰੀ ਰਾਜ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਦੀ 8 ਤਰੀਕ ਤੱਕ ਜ਼ਮੀਨੀ ਅਧਿਕਾਰਾਂ ਦੇ ਰਿਕਾਰਡ ਦੇ ਕੰਪਿਊਟਰਾਈਕਰਨ ਅਤੇ ਰਜਿਸਟ੍ਰੇਸ਼ਨ ਦਫ਼ਤਰਾਂ ਦੇ ਕੰਪਿਊਟਰਾਈਕਰਨ ਵਿੱਚ ਕੌਮੀ ਪੱਧਰ ਤੇ ਅੰਕੜਿਆਂ ਦਾ ਵੇਰਵਾ 94% ਦਰਜ ਕੀਤਾ ਜਾ ਚੁੱਕਾ ਹੈ। ਦੇਸ਼ ਵਿੱਚ ਨਕਸ਼ਿਆਂ ਦਾ ਡਿਜੀਟਲਾਈਜੇਸ਼ਨ 76% ਤੱਕ ਪਹੁੰਚ ਗਿਆ ਹੈ। ਨਾਲ ਹੀ ਲੈਂਡ ਰਿਕਾਰਡ ਵਿਭਾਗ ਸਾਰੇ ਲੈਂਡ ਪਾਰਸਲਾਂ ਨੂੰ ਭੂ ਆਧਾਰ ਜਾਂ ਵਿਲੱਖਣ ਲੈਂਡ ਬਲਾਕ ਪਛਾਣ ਨੰਬਰ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਨੇ 1 ਸਾਲ ਵਿੱਚ ਲਗਭਗ 9 ਕਰੋੜ ਪਲਾਟਾਂ ਨੂੰ ਭੂ ਆਧਾਰ ਪ੍ਰਦਾਨ ਕੀਤਾ ਹੈ ਪ੍ਰੋਗਰਾਮ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦਾ ਪਹਿਲਾ ਪੜਾ ਇਸ ਸਾਲ ਦਸੰਬਰ ਤੱਕ ਚੱਲੇਗਾ